ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਸਾਰਿਆਂ ਦਾ? ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ। ਮੇਰਾ ਨਾਮ ਹੈ ਜੀ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਅਤੇ ਜਿਵੇਂ ਕਿ ਵੀਡੀਓ 'ਚ ਮਸ਼ੀਨਰੀਆਂ ਲੈ ਕੇ ਆਉਂਦੇ ਹੁੰਦੇ ਜੀ, ਬਹੁਤ ਸਾਰੀਆਂ ਮਸ਼ੀਨਰੀਆਂ ਵੀਡੀਓਜ਼ ਵਿੱਚ, ਅਤੇ ਲਾਸਟ ਤੱਕ ਦੇਖਿਓ ਜੀ ਵੀਡੀਓ, ਅਤੇ ਸਾਰੇ ਮਸ਼ੀਨਰੀਆਂ ਦੇਖ ਕੇ ਜਾਇਓ ਜੀ। ਅਤੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਫਾਰਮ ਟਰੈਕ 60, ਅਤੇ ਛੱਤਰੀ ਲੱਗੀ ਹੈ ਜੀ, ਮਿਊਜ਼ਿਕ ਸਿਸਟਮ ਲੱਗਿਆ, ਅਤੇ ਡਿਮਾਂਡ ਹੈ ਜੀ ਇਹਦੀ 2,85,000। 2003 ਮਾਡਲ ਹੈ, ਅਤੇ ਤਰਨ ਤਾਰਨ ਇਹਨਾਂ ਦਾ ਏਰੀਆ ਜੀ। 90% ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ ਜਿਹੜੇ ਵੀ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਹੈ ਜੀ 8470-25964। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ, ਫਾਰਮ ਟਰੈਕ 60 ਟਰੈਕਟਰ ਹੈ, ਅਤੇ ਬੈਂਪਰ ਲੱਗੇ ਜੀ ਮੂਹਰੇ, ਮਿਊਜ਼ਿਕ ਸਿਸਟਮ ਲੱਗਿਆ, ਬਾਕੀ ਫੋਟੋਆਂ ਤੁਸੀਂ ਦੇਖ ਰਹੇ ਹੋ। ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਟਰੈਕਟਰ ਦੀ, ਅਤੇ ਜਿਹੜੇ ਵੀਰ ਨੇ ਲੈਣਾ ਟਰੈਕਟਰ ਤਾਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ, ਅਤੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ। ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ, ਅਤੇ ਕੋਈ ਦਿੱਕਤ ਨਹੀਂ, ਇੰਜਨ ਦੀ ਫੁੱਲ ਗਰੰਟੀ ਹੈ, ਜਾ ਕੇ ਤੁਸੀਂ ਦੇਖ ਕੇ ਆ ਸਕਦੇ ਹੋ ਜੀ, ਟਰੈਕਟਰ ਨੂੰ ਚਲਾ ਕੇ ਦੇਖ ਸਕਦੇ ਹੋ, ਅਤੇ ਜੇ ਪਸੰਦ ਆਵੇ ਤਾਂ ਟਰੈਕਟਰ ਖਰੀਦ ਸਕਦੇ ਹੋ ਜੀ। ਅਤੇ ਡਿਮਾਂਡ ਹੁੰਦੀ ਹੈ ਜੀ, ਆਹ ਰੇਟ ਜਿਹੜਾ ਹੁੰਦਾ ਫਿਕਸ ਰੇਟ ਨਹੀਂ ਹੁੰਦਾ, ਅਤੇ ਮੌਕੇ 'ਤੇ ਜਿਹੜਾ ਹੋਊਗਾ ਉਹ ਲੈਸ ਹੋ ਜੂਗਾ ਜੀ। ਅਤੇ ਇੱਦਾਂ ਦੀ ਐਡ ਆਪਣੇ ਚੈਨਲ 'ਤੇ ਕਿਸੇ ਵੀਰ ਨੇ ਕਰਾਉਣੀ ਹੈ, ਅਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਜੀ, ਅਤੇ ਕੋਈ ਖਰਚਾ ਨਹੀਂ ਲੈਂਦੇ। ਜਿਹੜੇ ਵੀਰ ਨੇ ਐਡ ਭੇਜਣੀ ਹੈ ਤਾਂ ਮੈਨੂੰ 5 ਤੋਂ 7 ਫੋਟੋਆਂ ਭੇਜ ਦਿਓ ਜੀ, ਜਿਹੜੀ ਮਸ਼ੀਨਰੀ ਦੀ ਐਡ ਲਾਉਣੀ ਹੈ, ਅਤੇ ਬਾਕੀ ਸਾਰੀ ਜਾਣਕਾਰੀ ਭੇਜ ਦਿਓ ਜੀ। ਫੋਨ ਨੂੰ ਟੇਢਾ ਕਰਕੇ ਖਿੱਚਣੀਆਂ ਫੋਟੋਆਂ ਜਿੰਨੀਆਂ ਵੀ ਖਿੱਚਣੀਆਂ ਜੀ, ਚਾਰੇ ਪਾਸਿਓਂ ਖਿੱਚਣੀਆਂ, ਅਤੇ ਸਾਫ਼ ਖਿੱਚਣੀਆਂ ਜੀ, ਅਤੇ ਮੇਰੇ ਨੰਬਰ 'ਤੇ ਸੈਂਡ ਕਰ ਦਿਓ। ਮੇਰਾ ਨੰਬਰ ਥੱਲੇ ਵਾਰ ਵਾਰ ਚਿੱਟੇ ਜਿਹੇ ਅੱਖਰਾਂ 'ਚ ਚੱਲ ਵੀ ਰਿਹਾ ਹੈ, ਅਤੇ ਦੱਸ ਦਿੰਦਾ ਜੀ 7692-29488 ਮੇਰਾ ਵਟਸਐਪ ਨੰਬਰ ਹੈ। ਇਹਦੇ ਉੱਤੇ 5 ਤੋਂ 7 ਫੋਟੋਆਂ ਜਿਵੇਂ ਕਿ ਪਹਿਲਾਂ ਦੱਸਿਆ, ਫੋਨ ਨੂੰ ਟੇਢਾ ਕਰਕੇ ਖਿੱਚ ਕੇ ਭੇਜ ਦਿਓ ਜੀ, ਬਹੁਤ ਹੀ ਜਲਦ ਤੁਹਾਡੇ ਐਡ ਆਪਣੇ ਚੈਨਲ 'ਤੇ ਲਗਾ ਦੇਵਾਂਗੇ। ਅਤੇ ਜਾਣਕਾਰੀ ਆਹ ਭੇਜਣੀ ਜਿਹੜੀ ਸਕਰੀਨ ਦੇ ਉੱਤੇ ਖੱਟੇ ਜਿਹੇ ਅੱਖਰਾਂ 'ਚ ਸ਼ੋ ਹੋ ਰਹੀ ਹੈ, ਤੁਹਾਡੇ ਮਸ਼ੀਨਰੀ ਦੀ ਭੇਜ ਦਿਓ ਜੀ ਆਹ ਜਾਣਕਾਰੀ। ਅਤੇ ਜਾਣਕਾਰੀ ਜਿਹੜਾ ਰੇਟ ਹੋਊਗਾ ਉਹ ਮਾਰਕੀਟ 'ਤੇ ਮਸ਼ੀਨਰੀ ਦੇ ਹਿਸਾਬ ਨਾਲ ਲਾਉਣਾ ਜੀ, ਵਧਾ ਚੜਾ ਕੇ ਨਹੀਂ ਦੱਸਣਾ, ਉਸ ਚੀਜ਼ ਦਾ ਕੋਈ ਫਾਇਦਾ ਨਹੀਂ। ਜਿਵੇਂ ਕਿ ਮੈਂ ਹਰ ਵੀਡੀਓ 'ਚ ਕਹਿੰਦਾ ਹੁੰਦਾ ਕਿ ਰੇਟ ਜ਼ਿਆਦਾ ਹੋਊਗਾ ਤਾਂ ਮਸ਼ੀਨਰੀ ਨਹੀਂ ਵਿਕਦੀ ਜੀ, ਅਤੇ ਵੀਡੀਓ 'ਚ ਵੀ ਗਲਤ ਕਮੈਂਟ ਆਉਂਦੇ ਆ ਕਿ ਰੇਟ ਬਹੁਤ ਹਾਈ ਹੈ, ਤਾਂ ਕਰਕੇ ਕਹਿੰਦਾ ਹੁੰਦਾ ਜੀ ਕਿ ਜਿਹੜਾ ਰੇਟ ਹੁੰਦਾ ਉਹ ਮਾਰਕੀਟ ਦੇ ਹਿਸਾਬ ਨਾਲ ਲਾਇਆ ਕਰੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਰੀਪਰ 2016 ਮਾਡਲ ਹੈ, 90,000 ਡਿਮਾਂਡ ਹੈ ਜੀ, ਅਤੇ ਮਲੇਰਕੋਟਲਾ ਇਹਨਾਂ ਦਾ ਏਰੀਆ ਜੀ, ਅਤੇ 60 ਤੋਂ 70% ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, ਜਿਹੜੇ ਵੀਰ ਦੀ ਰੀਪਰ ਹੈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਸਵਰਾਜ 855, ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ, ਅਤੇ ਪੂਰਾ ਸਾਫ਼ ਸੁਥਰਾ, ਅਤੇ ਕੋਈ ਦਿੱਕਤ ਨਹੀਂ। ਅਤੇ 2013 ਮਾਡਲ ਹੈ, 4,75,000 ਡਿਮਾਂਡ ਰੱਖੀ ਵੀਰ ਨੇ। ਰਾਮਪੁਰਾ ਫੂਲ ਇਹਨਾਂ ਦਾ ਏਰੀਆ ਜੀ, 70% ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ ਨੰਬਰ ਹੈ ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ 88924-3031, ਇਹਨਾਂ ਦਾ ਨੰਬਰ ਹੈ। ਅਤੇ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਤਾਂ ਇਹਨਾਂ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਅਤੇ ਤੁਸੀਂ ਜਾ ਕੇ ਦੇਖ ਕੇ ਆ ਸਕਦੇ ਹੋ ਜੀ। ਅਤੇ ਟਰੈਕਟਰ ਪੂਰਾ ਸਾਫ਼ ਪਿਆ ਫੋਟੋਆਂ 'ਚ ਤੁਸੀਂ ਦੇਖ ਰਹੇ ਹੋ,
ਅਤੇ ਕੋਈ ਦਿੱਕਤ ਨਹੀਂ ਲੱਗ ਰਹੀ ਅਤੇ ਪੂਰਾ ਸੰਭਾਲਿਆ ਹੋਇਆ ਟਰੈਕਟਰ ਲੱਗ ਰਿਹਾ ਅਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਜੀ। ਜਿਹੜੇ ਵੀਰ ਨੇ ਖਰੀਦਣਾ ਹੈ ਤਾਂ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਅਤੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ। ਅਤੇ ਇੱਦਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਰਹਿੰਦੀ ਹੈ ਜੀ। ਅਤੇ ਵੀਡੀਓ ਨੂੰ ਲਾਈਕ ਕਰ ਦਿਉ ਸਭ ਤੋਂ ਪਹਿਲਾਂ ਤਾਂ ਜੀ। ਅਤੇ ਸਾਰੇ ਜਿਹਨੇ ਵੀਰ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੀ ਸਾਰੇ ਜਣੇ ਇਕੱਠੇ। ਅਤੇ ਜਿਹੜੇ ਵੀਰ ਨਵੇਂ ਦੇਖ ਰਹੇ ਵੀਡੀਓ ਨੂੰ ਤਾਂ ਭਾਅ ਜੀ ਪਹਿਲਾਂ ਥੱਲੇ ਜਾ ਕੇ ਇੱਕ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਸਬਸਕ੍ਰਾਈਬ ਵਾਲਾ, ਉਹਨੂੰ ਦੱਬ ਦਿਓ ਜੀ ਅਤੇ ਘੰਟੀ ਦਾ ਬਟਨ ਉਹਨੂੰ ਦਬਾ ਦਿਓ ਅਤੇ ਜੁੜ ਜਾਓ ਆਪਣੇ ਚੈਨਲ ਨਾਲ ਪੱਕੇ ਤੌਰ 'ਤੇ। ਅਤੇ ਇੱਦਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਰਹਿੰਦੀ ਹੈ, ਮਸ਼ੀਨੀਆਂ ਲੈ ਕੇ ਹਰ ਰੋਜ਼ ਆਪਾਂ ਵੀਡੀਓ ਰਾਹੀਂ ਆਉਂਦੇ ਰਹਿੰਦੇ ਹਾਂ ਜੀ। ਅਤੇ ਜਿਹਨੇ ਵੀਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਜੀ। ਜਿਹੜੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਪਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਸਪੋਰਟ ਰੱਖਿਆ ਕਰੋ ਜੀ ਪੂਰੇ। ਅਤੇ ਤੁਹਾਡਾ ਆਪਦਾ ਚੈਨਲ ਹੈ ਜੀ ਅਤੇ ਤੁਹਾਡੇ ਕਰਕੇ ਚਲਾਇਆ ਸੀ ਭਾਅ ਜੀ ਚੈਨਲ ਕਿ ਕਿਸਾਨ ਵੀਰਾਂ ਦਾ ਫਾਇਦਾ ਹੋ ਸਕੇ, ਡੀਲਰਾਂ 'ਚੋਂ ਬਚ ਸਕੋ। ਡੀਲਰ ਕਿੰਨੇ ਕਿੰਨੇ ਕਮਿਸ਼ਨ ਲੈ ਲੈਂਦੇ ਤੁਹਾਨੂੰ ਪਤਾ ਜੀ, ਅਤੇ ਕਈ ਵਾਰੀ ਚੀਜ਼ ਵੀ ਨਹੀਂ ਵਧੀਆ ਨਿਕਲਦੀ ਜੀ। ਕੋਈ ਟਰੈਕਟਰ ਲੈ ਲੈਂਦੇ ਹੋ, ਕਈ ਵਾਰੀ ਦਿੱਕਤ ਹੁੰਦੀ ਹੈ ਜੀ, ਵਾਰ ਵਾਰ ਤੁਸੀਂ ਚੈੱਕ ਕਰਾਉਂਦੇ ਹੋ, ਰਿਪੇਅਰ ਕਰਾਉਂਦੇ ਹੋ ਜੀ, ਨਹੀਂ ਸੈੱਟ ਬਹਿੰਦਾ ਟਰੈਕਟਰ ਅਤੇ ਕੋਈ ਮਸ਼ੀਨਰੀ ਇੱਦਾਂ ਹੋ ਜਾਂਦੀ ਹੈ ਜੀ। ਸਾਰੇ ਡੀਲਰ ਨਹੀਂ ਹੁੰਦੇ ਅਤੇ ਵਿੱਚੋਂ ਕਈ ਹੁੰਦੇ ਜੀ ਇਹੋ ਜਿਹੇ ਜਿਹੜੇ ਓਰਿਜਿਨਲ ਚੀਜ਼ ਨੂੰ ਲਾ ਕੇ ਡੁਪਲੀਕੇਟ ਲਾ ਦਿੰਦੇ ਜੀ, ਜਿਵੇਂ ਪੰਪ ਹੋਇਆ ਜੀ ਅਤੇ ਬੈਟਰੀ ਹੋਈ ਇੱਦਾਂ ਦਾ ਕੁਛ। ਅਤੇ ਸਾਰੇ ਡੀਲਰ ਨਹੀਂ ਕਹਿੰਦਾ ਮੈਂ, ਵਿੱਚ ਹੁੰਦੇ ਇਹੋ ਜਿਹੇ। ਅਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਅਰਜਨ ਟਰੈਕਟਰ ਹੈ, 555 2013 ਮਾਡਲ, 450,000 ਡਿਮਾਂਡ ਹੈ ਜੀ। ਬਟਾਲਾ ਇਹਨਾਂ ਦਾ ਏਰੀਆ, 95% ਟਾਇਰਾਂ ਦੀ ਕੰਡੀਸ਼ਨ ਪਈ ਹੈ ਅਤੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ ਅਤੇ ਖੱਟੇ ਜਿਹੇ ਅੱਖਰਾਂ ਸ਼ੋ ਹੋ ਰਿਹਾ ਜਿਹੜੇ ਵੀਰ ਦਾ ਟਰੈਕਟਰ ਹੈ। ਅਤੇ ਜਿਹੜੇ ਵੀਰ ਨੇ ਲੈਣਾ ਟਰੈਕਟਰ ਤਾਂ ਇਹਨਾਂ ਨੂੰ ਫੋਨ ਕਰਕੇ ਉਹਨਾਂ ਦੇ ਸਹੀ ਥਾਂ ਪੁੱਛ ਕੇ ਜਾ ਸਕਦੇ ਹੋ ਜੀ, ਟਰੈਕਟਰ ਨੂੰ ਦੇਖ ਸਕਦੇ ਹੋ। ਅਤੇ ਅੱਗੇ ਤੁਸੀਂ ਤਵੀਆਂ ਦੇਖ ਰਹੇ ਹੋ ਜੀ, 18 ਦੀ ਤਵੀਆਂ ਹੈ ਅਤੇ 45,000 ਡਿਮਾਂਡ ਹੈ ਜੀ। ਸੁਨਾਮ ਇਹਨਾਂ ਦਾ ਏਰੀਆ ਜੀ, 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਅਤੇ 7889-57215 ਇਹਨਾਂ ਦਾ ਨੰਬਰ ਹੈ। ਜਿਹੜੇ ਵੀਰ ਦੀ ਤਵੀਆਂ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, ਜਾ ਕੇ ਤੁਸੀਂ ਤਵੀਆਂ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਨੇ ਲੈਣੀ ਹੈ। ਅਤੇ ਕਿਸੇ ਵੀਰ ਨੂੰ ਤਵੀਆਂ ਚਾਹੀਦੀਆਂ ਤਾਂ ਤਵੀਆਂ ਲੈ ਕੇ ਹਾਜ਼ਰ ਹਾਂ ਜੀ। ਅਤੇ ਸਾਰੇ ਜਣੇ ਵੀਰ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਅਤੇ ਰੇਟ ਬਾਰੇ। ਸਾਰੇ ਵੀਰਾਂ ਨੂੰ ਮੈਂ ਕਹਿ ਦਿੰਦਾ ਹੁੰਦਾ ਕਿ ਰੇਟ ਜ਼ਿਆਦਾ ਨਾ ਭੇਜਿਆ ਕਰੋ ਅਤੇ ਤੁਸੀਂ ਵੀ ਇੱਦਾਂ ਕਮੈਂਟ ਨਾ ਕਰਿਆ ਕਰੋ ਭਾਅ ਜੀ, ਅਤੇ ਵਧੀਆ ਕਮੈਂਟ ਭੇਜਿਆ ਕਰੋ ਅਤੇ ਮੈਂ ਵੀ ਥੋੜ੍ਹਾ ਜਿਹਾ ਹੋਰ ਹੀ ਹੋ ਜਾਂਦਾ ਜਦੋਂ ਗਲਤ ਕਮੈਂਟ ਆਉਂਦੇ ਜੀ, ਨੈਗੇਟਿਵ ਕਮੈਂਟ ਆਉਂਦੇ ਆ ਅਤੇ ਵੀਡੀਓ ਪਾਉਣ ਨੂੰ ਥੋੜ੍ਹਾ ਜਿਹਾ ਮਨ ਜਾ ਓਪਰਾ ਜਿਹਾ ਹੋ ਜਾਂਦਾ, ਤਾਂ ਕਰਕੇ ਕਹਿੰਦਾ ਉਹਨੇ ਕਮੈਂਟ ਵਧੀਆ ਕਰਿਆ ਕਰੋ ਅਤੇ ਵੀਡੀਓ ਇੱਦਾਂ ਦੀ ਆਪਣੇ ਚੈਨਲ 'ਤੇ ਮੈਂ ਪਾਉਂਦਾ ਰਹੂੰ ਜੀ, ਅਤੇ ਵਧੀਆ ਕਮੈਂਟ ਕਰਿਆ ਕਰੋ ਜੀ ਅਤੇ ਸਾਰੇ ਜਣੇ ਵੀਰ ਦੇਖਿਆ ਕਰੋ ਅਤੇ ਵੱਧ ਤੋਂ ਵੱਧ ਦੇਖਿਆ ਕਰੋ ਜੀ, ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵਟਸਐਪ 'ਤੇ, ਫੇਸਬੁੱਕ 'ਤੇ, ਥੱਲੇ ਇੱਕ ਤੀਰ ਜੇ ਦਾ ਨਿਸ਼ਾਨ ਹੋਊਗਾ ਜੀ ਉਹਨੂੰ ਦੱਬੋਗੇ ਤਾਂ ਜਿੱਥੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨੀ ਆ ਉਹ ਆਜੂਗਾ ਜੀ, ਵਟਸਐਪ ਫੇਸਬੁੱਕ 'ਚ ਜੋ ਵੀ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਜੀ ਅਤੇ ਆਜੂਗੀ, ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਅਤੇ ਅੱਗੇ ਹਾਲ ਦੇਖ ਰਹੇ ਹੋ ਜੀ, 11 ਹਾਲ ਹੈ, 15,000 ਡਿਮਾਂਡ ਹੈ ਜੀ। ਸੁਨਾਮ ਇਹਨਾਂ ਦਾ ਏਰੀਆ ਅਤੇ ਨੰਬਰ ਹੈ ਜੀ 7889-57215। ਬਹੁਤ ਹੀ ਵਧੀਆ ਕੰਡੀਸ਼ਨ ਦੇ ਹਾਲ ਹੈ ਜੀ ਅਤੇ ਜਿਹੜੇ ਵੀਰ ਦੀ ਤਾਵੀਆਂ ਸੀਗੀਆਂ ਉਹਨਾਂ ਦੀ ਹਾਲ ਹੈ ਜੀ।
ਅਤੇ ਕੋਈ ਦਿੱਕਤ ਨਹੀਂ ਹਲ 'ਚ, ਦੇਖ ਰਹੇ ਹੋ ਫੋਟੋਆਂ ਬਿਲਕੁਲ ਵਧੀਆ ਪਏ ਆ। ਅਤੇ ਇੱਦਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਰਹਿੰਦੀ ਹੈ ਜੀ। ਇੱਦਾਂ ਦੀ ਵੀਡੀਓ ਹਰ ਰੋਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਥੱਲੇ ਲਾਲ ਰੰਗ ਦਾ ਬਟਨ ਹੈ ਉਹਨੂੰ ਦਬਾ ਦਿਓ, ਅਤੇ ਨਾਲ ਹੀ ਘੰਟੀ ਦਾ ਬਟਨ ਆ ਉਹਨੂੰ ਦਬਾ ਦਿਓ ਜੀ। ਇਹਨਾਂ ਦਾ ਫਾਇਦਾ ਇਹ ਹੁੰਦਾ ਜੀ, ਜਦੋਂ ਕੋਈ ਨਵੀਂ ਵੀਡੀਓ ਪਾਵਾਂ ਉਹਦਾ ਮੈਸੇਜ ਹੈ ਜਿਹੜਾ ਉਹ ਤੁਹਾਡੇ ਮੋਬਾਈਲ 'ਤੇ ਤੁਰਤ ਪੈਰ ਚਲਿਆ ਜਾਊਗਾ ਜੀ, ਅਤੇ ਤੁਸੀਂ ਤੁਰਤ ਪੈਰ ਵੀਡੀਓ ਨੂੰ ਦੇਖ ਸਕੋਗੇ ਜੀ। ਅਤੇ ਠੀਕ ਹੈ ਜੀ, ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ, ਅਤੇ ਅੱਜ ਲਈ ਇੰਨੇ ਜੀ। ਅਤੇ ਵੀਡੀਓ ਵਧੀਆ ਲੱਗੀ ਤਾਂ, ਮਸ਼ੀਨਰੀ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵਧੀਆ ਲੱਗਦੀ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ, ਕਮੈਂਟ ਕਰ ਦਿਆ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ। ਅਤੇ ਤੁਹਾਡੇ ਕਰਕੇ ਕਰਦੇ ਹਾਂ ਭਾਅ ਜੀ ਸਾਰਾ ਕੁਛ, ਟਾਈਮ ਕੱਢਦਾ ਜੀ, ਵੀਡੀਓ ਬਣਾਉਣਾ ਪਾਉਣਾ ਜੀ ਟਾਈਮ ਕੱਢ ਕੇ, ਅਤੇ ਨਾਲ ਹੀ ਪੜ੍ਹਾਈ ਕਰਦਾ ਜੀ ਮੈਂ, ਅਤੇ ਤਾਂ ਕਰਕੇ ਕਹਿੰਦਾ ਹੁੰਦਾ ਜੀ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਲਾਈਕ ਕਰ ਦਿਆ ਕਰੋ। ਮਿਲਦੇ ਜੀ ਕਿਸੇ ਨਵੀਂ ਵੀਡੀਓ 'ਚ।